हेलो। ओ हाँ भाई, कद काम है सागर तो उतर गई। हाँ, अच्छा ट्राली फेरा। नहीं, पा के नहीं लेके गए हले, कबैन को ही खड़ी आ। चल आने असी फिर पौना। चंगा। ओ भाई कर ली मशीन आने वाला गल। हाँ, कर ली। चल ट्राली पा के लिए। ट्राली हुण कित्थों? ओदी ओ कंबाइन वाले दी तां ही तां मैं स्कीम नाल तो जीरी वढ़ाई आ वी चल ट्राली दे दूगा, नहीं आपां नूं कहड़ा संद दिंदा है। अपने कोल कोई संद तां है नहीं बिना ट्रैक्टर तों। दिमाग हैगा भाई तेरा, चला चलिए। दिमाग नाल इत्थे तक आया। ओ भाई तोड़ ले इहनूं, टैंक भर के दाणे नाल। ओ तां किसे नहीं जोड़दा हैगा, तां पूरी कहां दसणू किन्ने कु कम ने खड़ जूगा दो घड़ी। ओए मौके ते बहु काली दिखाउंदे हुंदे ने इह, कंधा हौली हौली चलाईंदा हुंदा देख ला, तां ही तां ट्रैक्टर अपने सामने रखिआ। और मनाही आए की अगो कना लाने बह जाओ, परचे होंगे ने सीधे। चंगा भाई नहीं लाने यार, हूं अभी लावे। चल देख लो तुम्हारी मर्जी आ, हेलो। हाँ जी अफसरो, मटोडे तो बोल रहे हैं जी। वो इतने मशीन बिना SMS तो चल रही है, उदे अं तो एक गेड़ा भी नहीं दिता दीगा, तुम जदी आके खड़ गए थे, हूँ इन्हों का भी करो कोई हल। वो SMS तो लगे हुए ने, हूँ चलवा नहीं रहा कोई SMS नू, मशीन दे लग्या होया ते बंदे नहीं चलवा रहे। इन्हों का हल करो जी आके कोई, नहीं फिर अगली बार मैनू भी ना रोकन आयो। हाँ जी आ जाओ। चंगा जी। हेलो। हाँ जी ठीक है भाई जी, फोन आया मटोडे पिंड तो। अच्छा, उत्थे बिना SMS तो मशीन चल रही है। ठीक है, आपां नूं जाना पैना। चलो फिर, और नाले कढ़दे आ खर्चा पत्ता। हाँ भाई, भर गया टैंक, दूए पासे ले जाना पऊगा। ओए आ SMS नहीं चलाया तुसी, बिना SMS तो जीरी बढ़ रहे हो। आ केड़े आ गए अफसर, असी खेती बाड़ी अफसर। खर्चा मैं देखदा की आ गया। ओ सरकार ने ड्यूटी लाई है साडी, आ जेड़े थोड़े वर्गे अग लाउंदे ने। आ जा इंद्र, की हो गया भाई? ओ तुसी बिना SMS तो जीरी बढ़ा रहे हो। SMS सासरी काल साहब जी। सासरी काल, सासरी काल। फिर की हो गया जी, जे बढ़ा दी मारी जावे दाने, सानू ठेका लिया दाने दा। ओ साहब जी
ਗੱਲ ਆਇਆ ਜੀ ਮਾੜਾ ਮੋਟਾ ਚਾਹ ਪਾਣੀ ਕਰ ਲਓ ਜੀ 600-700 ਰੁਪਿਆ ਰੇਟ ਵੱਧਦਾ ਜੀ 2000 ਲੈਂਦੇ ਨੇ ਜੀ ਚਾਹ ਪਾਣੀ ਅਸੀਂ ਪੀ ਕੇ ਆਇਆ ਚਾਹ ਪਾਣੀ ਅਸੀਂ ਪੀ ਕੇ ਆਇਆ ਅਸੀਂ ਰਸਮਤ ਨਹੀਂ ਆਂਦਾ ਅਸੀਂ ਇਮਾਨਦਾਰ ਆਫੀਸਰ ਆ ਸਭ ਜੀ ਹੈਗੇ ਤਾਂ ਅਸੀਂ ਇਮਾਨਦਾਰ ਆ ਜੀ ਹੁਣ ਉੱਤੋਂ ਰੇਟ ਨਹੀਂ ਵੱਧਦਾ ਜੀ ਅਸੀਂ ਤਾਂ ਮਾਰ ਲਏ ਇਹਨੂੰ ਹੁਣ ਹੱਲ ਕੀ ਕਰੀਏ ਜੀ ਇਹਦਾ ਗੱਠਾ ਬਣਾਵਾਂਗੇ ਜੀ ਮੈਨੂੰ ਪਤਾ ਤੁਹਾਡਾ ਤੁਸੀਂ ਅੱਗ ਲਾਓਗੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਦੋ ਜੇ ਅੱਗ ਲੱਗੀ ਨਾ ਥਾਣੇ ਚ ਲੈ ਕੇ ਜਾਊ ਚੱਕ ਕੇ ਪੁਲਿਸ ਨਾਲ ਲੈ ਕੇ ਆਊ ਅਗਲੀ ਵਾਰ ਅੱਗ ਲਾਵਾਂਗੇ ਜੀ ਤੁਸੀਂ ਜਦ ਕੇ ਹੋ ਹਾਂ ਜੀ ਹੁਣ ਤਾਂ ਤੁਹਾਡਾ ਸਿੱਧਾ ਪਰਚਾ ਅੱਗ ਲਾਉਣ ਦਾ ਸਿੱਧਾ ਪਰਚਾ ਕੋਈ ਨਾ ਜੀ ਕੋਈ ਨਾ ਕਰ ਦਿਓ ਠੀਕ ਹੈ ਸਾਹਿਬ ਜੀ ਅਸੀਂ ਲਾਉਂਦੇ ਨਹੀਂ ਜੀ ਅਸੀਂ ਅੱਗ ਨਹੀਂ ਲਾਉਂਦੇ ਅੱਗ ਨਹੀਂ ਲੱਗਣੀ ਚਾਹੀਦੀ ਗੱਲ ਸੁਣ ਲਓ ਕੰਨ ਖੋਲ ਕੇ ਕੋਈ ਨਾ ਜੀ ਲਾਉਂਦੇ ਨਹੀਂ ਇਹ ਤਾਂ ਗੇੜਾ ਆਪਣਾ ਖਰਾਬ ਹੋ ਗਿਆ ਸਹੀ ਗੱਲ ਹੈ ਜੀ ਕੋਈ ਗੱਲ ਨਹੀਂ ਜਿਹਨੇ ਅੱਜ ਖਬਰ ਦਿੱਤੀ ਸੀ ਉਹ ਖਬਰ ਤਾਂ ਅੱਗ ਲੱਗੀ ਤੇ ਵੀ ਦਊਗਾ ਫੇਰ ਪਾਵਾਂਗੇ ਮੁੱਦੇ ਚਲ ਆਓ ਚੱਲਦੇ ਆ ਚੰਗਾ ਜੀ ਦੇਖ ਲੈ ਬਾਈ ਇਹ ਤਾਂ ਮੌਕੇ ਤੇ ਮੇਰਾ ਦਿਮਾਗ ਕੰਮ ਕਰ ਗਿਆ ਗੱਠਾਂ ਵਾਲੀ ਗੱਲ ਕਹਿ ਕੇ ਬਚ ਗਏ ਆਪਾਂ ਮੈਂ ਤਾਂ ਹੜਨ ਲੱਗਾ ਤੇ ਉਹਨਾਂ ਨਾਲ ਹੋ ਗਿਆ ਤੀ ਪਰਚਾ ਚਲਾ ਗਿਆ ਦਾਣੇ ਪਵਾਈਏ ਚਲ ਦੇਖਿਆ ਬੱਟਾ ਢੇਰੀ ਢਾਹੀ ਆਪਣੀ ਤਾਂ ਜੀਰੀ ਵਧੀਆ ਨਿਕਲੀ ਆ ਉਹ ਬਾਈ ਜੀਰੀ ਤਾਂ ਵਧੀਆ ਨਿਕਲੇ ਜਿਹੜੀ ਨਿਕਲਣੀ ਤੀ ਅੱਜ ਦੇਖ ਲੈ ਕੀ ਹੋ ਗਿਆ ਤੀ ਆ ਗਏ ਤੀ ਅਫਸਰ ਪਰਚਾ ਕਰਨ ਜੇ ਹੁਣ ਅੱਗ ਲਾ ਤੀ ਕੀ ਬਣੂਗਾ ਕੋਈ ਉਹਨਾਂ ਨੂੰ ਕੀ ਪਤਾ ਲੱਗਦਾ ਯਾਰ ਆਪਾਂ ਅੱਗ ਲਾ ਦਾਂਗੇ ਓਏ ਨਾ ਨਾ ਬਾਈ ਕਹਿੰਦੇ ਉੱਤੇ ਉਹ ਛੱਡੇ ਵੇ ਨੇ ਉਹਨਾਂ ਦੇ ਕੈਮਰੇ ਧੂੰਆਂ ਕਹਿੰਦੇ ਦਿੱਲੀ ਜਾਂਦਾ ਦਿੰਦਾ ਉਹਨਾਂ ਨੂੰ ਅੱਗ ਦਾ ਨਾ ਆਪਣੇ ਧਰਨੇ ਦੀ ਆਵਾਜ਼ ਤਾਂ ਦਿੱਲੀ ਜਾਂਦੀ ਨੀ ਹੈਗੀ ਧੂੰਆਂ ਦਿੱਲੀ ਕਿਵੇਂ ਵਗ ਜੂ ਉਹ ਬਸ ਬਾਈ ਸਰਕਾਰ ਜੱਟਾਂ ਦੀ ਬੈਰੀ ਆ ਮੈਂ ਸੁਣੀਆਂ ਨੇ ਖਬਰਾਂ ਉਹ ਕਿਧਰੇ ਤੇਰੀਆਂ ਖਬਰਾਂ ਖੁਬਰਾਂ ਨੂੰ ਹੁੰਦਾ ਆਪਾਂ ਅੱਗ ਲਾਵਾਂਗੇ ਉਹ ਨਹੀਂ ਬਾਈ ਆਪਾਂ ਐਂ ਕਰਦੇ ਹਾਂ ਸੁਸਾਇਟੀ 'ਚ ਸਰਕਾਰ ਨੇ ਦਿੱਲੀ ਵਾਲੀ ਨੇ ਸੰਦ ਭੇਜੇ ਹੋਏ ਨੇ ਵੀ ਅੱਗ ਨਾ ਲਾਓ ਇਹ ਵਰਤੋ ਅੱਛਾ ਟਰੈਕਟਰ ਆਪਣੇ ਕੋਲ ਹੈਗਾ ਮੈਂ ਕਰਦਾ ਫੋਨ ਸੈਕਟਰੀ ਨੂੰ ਚੱਲ ਪੁੱਛ ਫਿਰ ਫੋਨ ਕਰਕੇ ਹਨਾ ਪੁੱਛ ਕੀ ਪਤਾ ਆਪਣਾ ਇੱਕ ਦਿਹਾੜੀ ਦਾ ਕੰਮ ਆਪਾਂ ਲਿਆ ਕੇ ਫੇਰ ਲੈਣੇ ਆ ਆਹੋ ਲੋਕ ਵੀ ਤਾਂ ਲੰਘਾਉਂਦੇ ਨੇ ਵਿੱਚ ਹਾਂ ਆਹ ਸਰਪੰਚ ਨੇ ਦੇਖ ਲਾ ਸਾਰੀ ਵਿੱਚ ਬਾਤੀ ਸੁਸਾਇਟੀ ਦੇ ਸੰਦ ਵਰਤ ਕੇ ਚੱਲ ਪੁੱਛ ਫਿਰ ਆਹੀਂ ਕਿੰਨੇ ਕੁ ਸਾਲ ਪਾਹੀ ਜਾਵਾਂਗੇ ਆਪਾਂ ਵਿੱਚ ਜੇ ਵਿੱਚ ਪਰਾਲੀ ਪਾਹੀ ਗਏ ਫਸਲ ਉੱਫਣ ਲੱਗ ਜੂਗੀ ਫਸਲ ਨੇ ਨਹੀਂ ਹੋਣਾ ਬਾਈ ਫੋਨ ਲੱਗ ਗਿਆ ਹੈਲੋ ਸਤਿ ਸ਼੍ਰੀ ਅਕਾਲ ਸੈਕਟਰੀ ਸਾਹਿਬ ਉਹ ਸੈਕਟਰੀ ਸਾਹਿਬ ਆਪਾਂ ਨੂੰ ਉਹ ਚਾਹੀਦਾ ਸੀ ਜੀ ਆਪਾਂ ਨੇ ਪਰਾਲੀ ਵਿੱਚ ਲੰਘਾਉਣੀ ਹੈ ਉਹ ਮਲਚਰ ਜਿਹਾ ਚਾਹੀਦਾ ਜੀ ਅੱਛਾ ਜੀ ਨਾ ਕਿਰਾਇਆ ਹੁੰਦਾ ਸੈਕਟਰੀ ਸਾਹਿਬ ਉਹਦਾ ਉਹ ਤਾਂ ਜੀ ਸਰਕਾਰ ਤਾਂ ਐਂ ਕਹਿੰਦੀ ਵੀ ਫਰੀ ਨੇ ਜੀ ਇਹ ਹਾਂ ਵੀ ਤੁਸੀਂ ਬਸ ਆਪਦਾ ਤੇਲ ਖਰਚਾ ਕਰੋ ਜੀ ਇਹ ਸੰਦ ਵਰਤ ਕੇ ਵਿੱਚ ਲੰਘਾਓ ਜੀ ਸਾਰਾ ਕੁਛ ਦਿਹਾੜੀ ਵਾਸਤੇ ਚਾਹੀਦਾ ਸੀ ਇੱਕ ਦਿਹਾੜੀ ਵਾਸਤੇ ਦੇ ਦਿਓ ਜੀ ਸਰਪੰਚ ਦੇ ਗਏ ਵੇ ਨੇ ਜੀ ਉਹਨੇ ਤਾਂ ਜੀ ਬਾਤ ਹੀ ਸਾਰੀ ਗਾਹਾਂ ਨਾਲ ਰਿਸ਼ਤੇਦਾਰੀ 'ਚ ਭੇਜਤੇ ਹੋਣ ਜੀ ਚਲੋ ਠੀਕ ਆ ਜੀ ਉਹ ਤਾਂ ਬਾਈ ਕਹਿੰਦੇ 100 ਰੁਪਈਆ ਘੰਟਾ ਲੱਗੂਗਾ ਘੰਟਾ ਤਾਂ ਉਹਨੂੰ ਪਾਉਣ ਕੱਢਣ ਨੂੰ ਲੱਗ ਜਾਂਦਾ ਹੁਣ ਦੱਸ ਕੀ ਕਰੀਏ ਨਾਲੇ ਮੁਫ਼ਤ ਸੁਣਿਆ ਮੈਂ ਵੀ ਮੁਫ਼ਤ ਨੇ ਉਹ ਗਾਹਾਂ ਤੋਂ ਤਾਂ ਮੁਫ਼ਤ ਨੇ ਬਾਈ ਦਿੱਲੀ ਵਾਲੀ ਸਰਕਾਰ ਨੇ ਭੇਜੇ ਨੇ ਇਹ ਹੁਣ ਕੀ ਕਹਿੰਦਾ ਫਿਰ ਕਦ ਪਾ ਕੇ ਲੈ ਜਾਓ ਉਹ ਤਾਂ ਕਹਿੰਦਾ ਸਰਪੰਚ ਕੋਲ ਨੇ ਸਰਪੰਚ ਨੇ ਆਪਦੀ ਬਾਹਲੀ ਗਾਹਾਂ ਕਿਸੇ ਰਿਸ਼ਤੇਦਾਰੀ 'ਚ ਭੇਜਤੇ ਤਾਂ ਸਿਫਾਰਸ਼ਾਂ ਦੇ ਚੱਲਦੇ ਨੇ ਬਾਈ ਇਹਦਾ ਸਿੱਧਾ ਹੱਲ ਆ ਅੱਗ ਲਾਏ ਬਿਨਾਂ ਨਹੀਂ ਕੰਮ ਸਰਨਾ ਹੈ ਚੱਲ ਬਾਈ ਫਿਰ ਕਰਚੇ ਵੱਢੀਏ ਕਰਚੇ ਵੱਢਣ ਨੂੰ ਕੀ ਹੁੰਦਾ ਆਪਾਂ ਉੱਪਰਲੀ ਲਿੱਤ ਫੂਕ ਦਿੰਦੇ ਹਾਂ ਅੱਛਾ ਬਾਕੀ ਹੈਰੋ ਨਾਲ ਵਾਹ ਕੇ ਆਪਣਾ ਕਣਕ ਕਿਰਾਏ ਤੇ ਵਜਾ ਦਾਂਗੇ ਚੱਲ ਚੱਲੀਏ ਫਿਰ ਆਜਾ ਦੇ ਕਿੰਨਾ ਮਹਿੰਗਾ ਕਰਤਾ ਹੈ ਅੱਗ ਲਾਉਣੀ ਸਰਕਾਰ ਨੇ ਆ ਜਾ ਚੱਲ ਟੰਗਲੀ ਚੱਕ ਲਈ ਇੱਥੋਂ ਆ ਪਚਾਲੇ ਲਾ ਲੈਨੇ ਆ ਆਹੋ ਕੱਲੀ ਕੱਲੀ ਫੂਕ ਲਾ ਬਾਈ ਆਲੇ ਦੁਆਲੇ ਜੀਰੀ ਖੜੀ ਆ ਉਹੀ ਤਾਂ ਗੱਲ ਆ ਨਾਲੇ ਨਿਗਾਹ ਮਾਰ ਲੈ ਕੋਈ ਦੇਖਦਾ ਤਾਂ ਨਹੀਂ ਕੋਈ ਨਹੀਂ ਹੈ ਆਲੇ ਦੁਆਲੇ ਲੈ ਡੱਬੀ ਲਿਆ ਡੱਬੀ ਚਾਤੇ ਤੋਂ ਲਾ ਨਾ ਵੀਰੇ ਕੇ ਰੱਖ ਹੈਲੋ ਹਾਂਜੀ ਲਾਤੀ ਅੱਗ ਕੋਈ ਨੀ ਅਸੀਂ ਵੀ ਇੱਧਰ ਆਏ ਹੋਏ ਤੀ ਆ ਗਏ 2 ਮਿੰਟ 'ਚ ਆ ਗਏ ਬਸ ਠੀਕ ਹੈ ਲਾਤੀ ਅੱਗ ਉਹਨਾਂ ਨੇ ਮੈਂ ਤਾਂ ਉੱਦਾਂ ਹੀ ਸਕਦੀ ਅੱਗ ਲਾਉਣਗੇ ਸਹੀ ਗੱਲ ਆ ਅੱਜ ਕਰਦੇ ਹਾਂ ਉਹਦਾ ਇਲਾਜ ਕਰਦੇ
ਲੱਗਦਾ ਉਹ ਨਿਕਲਦਾ ਤੂੰ ਆ ਹਾਂ ਉਹ ਤੇ ਆਪਾਂ ਨੂੰ ਗੱਡੀ ਖੜਾ ਕੇ ਤੁਰ ਕੇ ਜਾਣਾ ਪਊ ਚੱਲ ਰੋਕੋ ਤੇ ਗੱਡੀ माड़ा जा देख के गल करो जब ढके पे ने अपनी तो गड्डी भी बहुत दूर खड़ी है वो तो डरता क्यों है कानून अपने नाल है हाँ। आ जा ओ भाई आओ उपरे जे बंदे केड़े आ गए केड़े ने है ओद नाल ही लगते ने कोई तो अफसर ने फस गए भाई हुन आ जा देख दे मिंतदारी करके की कहंदे ने अलूरी आंदे ने हैं जी आ लैण दे उनां नु पूरी आ लैण दी तू अज गल सुन तू चुप रही मैं करूं गल ओ भाई तू मेनू कर लैण दे परचा ना करा दी ओ नहीं हुंदा परचा साला नु अग च फूक दूं मैं बिच आ के कीता वा कानून दी लकड़ा करती तुसी अग लाई बैठे हो जेल जाऊंगा जेल हूं ए हल की करी जी मेनू आज सौच बह के ठंडे दिमाग दस दा आज जी परचा दिल्ली दियां कापड़ियां ने फ्री संद प्रोवाइड कराए सोसाइटियां नूं भी किसान अग ना लाउण चल तू परचा करे नाल कानूं बोली परचा होऊ थोड़े ते ना ना साहब जी मैं थोनूं होर गल दसदा जी तंगड़ी दस तत्ती हुई भी है जट करजे बने वे थोड़ी जेडी पिफता कुट दे अंदर तंगली साले नू ए टंग नू जिवे स्प्रिंग रोल टंगिया वा हुंदा ओह सिंखा जी वाले ते अग ला लो कदे अग ना लो कदे कुछ करो बहुत ए संद गने आने सू तो नाम भी नहीं लेने आने देख बानी आ जा
ਇਹਨੂੰ ਤਾਂ ਹੋਰ ਲਾਵੜ ਦੇ ਜੜ ਦੱਸ ਸਾਡੇ ਬਾਈ ਮੇਰੀ ਗੱਲ ਸੁਣੋ ਸਾਡੇ ਵੀ ਖਾਤੇ ਛੱਡਦੇ ਅਸੀਂ ਅੱਗੇ ਤੋਂ ਕਿਤੇ ਨਹੀਂ ਜਾਂਦੇ ਬਾਈ ਤੁਸੀਂ ਕਹਿੰਦੇ ਹੋ ਅੱਗ ਨਾ ਲਾਓ ਸਰਕਾਰ ਸਾਨੂੰ ਦਿੰਦੀ ਦਾ ਕੁਛ ਹੈ ਨਹੀਂ ਖਰਚਾ ਪਤਾ ਦੇਵੇ ਸਾਨੂੰ ਪਹਿਲਾਂ ਮਲਚਰ ਫੇਰਨਾ ਪੈਂਦਾ ਫਿਰ ਪਲਾਓ ਫੇਰਨਾ ਪੈਂਦਾ ਉਹਦੇ ਨਾਲ ਜ਼ਮੀਨ ਥੱਲੋਂ ਰੋਡ ਨਿਕਲਿਆ ਸਾਡੇ ਕੱਲਰ ਦੀ ਜ਼ਮੀਨ ਹੈ ਖੁੱਡੇ ਮਾਰ ਕੇ ਤੰਗੇ ਬਾਈ ਕਰੀਏ ਕੀ ਉਹ ਸਾਨੂੰ ਜਾਣ ਦੋ ਉਹ ਬਾਈ ਹੈਪੀ ਸੀਡਰ ਨਾਲ ਬੀਜ ਦੋ ਹੈਪੀ ਸੀਡਰ ਨਾਲ ਹਲੋ 40 ਕਿੱਲੇ ਬੀਜੇ ਤੇ ਰੋੜੇ ਵਾਲੇ ਬੀਜੀ ਦੀ ਸਾਰੀ ਸੁੱਕ ਗਈ ਪਿਛਲੇ ਸਾਲ ਅਸੀਂ ਇੱਥੇ 1 ਕਿੱਲਾ ਬੀਜਿਆ ਸੀ ਜਿਹੜਾ ਬੀਜ ਦਾ ਨੁਕਸਾਨ ਹੋਇਆ ਉਹ ਵੱਡਾ ਬਾਈ ਬੱਚੇ ਬਣਦੇ ਨੇ ਇਹਦਾ ਕੋਈ ਹੱਲ ਹੀ ਨਹੀਂ ਹੈ ਪਰਾਲੀ ਦਾ ਮੈਨੂੰ ਕਰਕੇ ਦਾ ਦਿਖਾ ਦਿਓ ਕੀ ਪਤਾ ਸਰ ਦਾ ਸਰਕਾਰ ਨੇ ਭੇਜਿਆ ਇਹਨੂੰ ਇਕੱਠੀ ਕਰ ਲਓ ਇੰਨੀ ਨੂੰ ਲੈ ਇਕੱਠੀ ਕਿਹੜਾ ਕਰੂ ਇਹਨੂੰ ਇੰਨੀ ਜੇ ਹੁਣ ਗਾਹਾਂ ਨੂੰ ਆਇਓ ਨਾ ਆਏ ਦੇਖ ਲਓ ਅਸੀਂ ਨਹੀਂ ਆਉਂਦੇ ਇਹਦਾ ਉਹਨੇ ਪੁੱਤੋ ਪੋਤਿਆਂ ਨੂੰ ਵੀ ਕਹਿ ਦਾਂਗੇ ਵੀ ਇਹ ਜੱਟਾਂ ਕੋਲ ਨਾ ਜਾਓ ਕੱਲ ਸੌ ਮੇਰੀ 1 ਮਿੰਟ ਅਸੀਂ ਤਾਂ ਅਸਤੀਫਾ ਦੇ ਦਾਂਗੇ ਕਦੇ ਕਹਿੰਦੇ ਨੇ ਅਸੀਂ ਤੁਹਾਡੀਆਂ ਫਾਸਲਾਂ ਦੇ ਨਹੀਂ ਰੇਟ ਦਿੰਦੇ ਜਦ ਦੇਖ ਲਾ ਜਦ ਹਰੀ ਕ੍ਰਾਂਤੀ ਲਿਆਂਦੀ ਆ ਪੰਜਾਬ 'ਚ ਜੱਟਾਂ ਨਹੀਂ ਲਿਆਂਦੀ ਆ ਹੋਰ ਕਿਹਨੇ ਲਿਆਂਦੀ ਆ ਤੇ ਬੇਟਾ ਤੇ ਸਾਡੇ ਬਾਪੂ ਉਹਨਾਂ ਨੇ ਬਲਦਾਂ ਨਾਲ ਖੇਤੀ ਕਰਕੇ ਖੱਪ ਕੇ ਇੱਥੇ ਮਰ ਗਏ ਕਦੇ ਘਰੇ ਉਹਨਾਂ ਨੇ ਚੱਜ ਦੀ ਨੀਂਦ ਨਹੀਂ ਸੌਂ ਕੇ ਦੇਖਿਆ ਹੈਗਾ ਟਿੱਬੇ ਢਾਲਦਿਆਂ ਨੇ ਸਾਨੂੰ ਤਾਂ ਆਉਣਾ ਪੈਂਦਾ ਮੋਦੀ ਦੇ ਸਖਤ ਆਰਡਰ ਨੇ ਤੁਹਾਡਾ ਧੂਆਂ ਦਿੱਲੀ ਪਹੁੰਚਦਾ ਉਹ ਦਿੱਲੀ 'ਚ ਪ੍ਰਦੂਸ਼ਣ ਹੁੰਦਾ ਬਾਈ ਤਾਂ ਕਰਕੇ ਆਉਣਾ ਪੈਂਦਾ ਉਹ ਸਾਡਾ ਧੂਆਂ ਤਾਂ 1 ਦਿਨ 'ਚ ਦਿੱਲੀ ਵਗ ਗਿਆ ਸਾਡੀ ਧਰਨੇ ਤੇ ਬੈਠਿਆਂ ਦੀ ਆਵਾਜ਼ ਤਾਂ ਹੁਣ ਤੱਕ ਦਿੱਲੀ ਪਹੁੰਚੀ ਨਹੀਂ ਥੋਡੀਆਂ ਚੰਗਿਆੜਾਂ ਸਾਰਾ ਖਰਚਿਆਂ ਦਾ ਧੂਆਂ ਇਕੱਠਾ ਜਾਊਗਾ ਫੇਰ ਕਰੂ ਦਿੱਲੀ ਦੀ ਸਰਕਾਰ ਦਾ ਸਾਹ ਬੰਦ ਬਾਈ ਸਾਡਾ ਤਾਂ ਛੱਡ ਦੋ ਛੱਡਾਂਗੇ ਤੁਹਾਨੂੰ ਕਿਸੇ ਗੱਲ ਨਾਲ ਮੁਆਵਜ਼ਾ ਦਵਾ ਦਿੰਦੇ ਆ ਅਸੀਂ ਤਾਂ ਫਾਰਮੈਲਿਟੀ ਕਰਨੀ ਹੁੰਦੀ ਆ ਸਾਡੀ ਵੀ ਨੌਕਰੀ ਦਾ ਸਵਾਲ ਹੈ ਆਹੀ ਗੱਲਾਂ 'ਚ ਆ ਕੇ ਪਿਛਲੇ ਸਾਲ ਲੋਕਾਂ ਨੇ ਇੰਨੇ ਬੰਦੇ ਨੇ ਵਿੱਚ ਬਾਤੀ ਨਾਲੇ ਕਣਕ ਸੁੱਕ ਗਈ ਹਾਲੇ ਤੱਕ ਨਹੀਂ ਉਹਨਾਂ ਨੂੰ ਮੁਆਵਜ਼ਾ ਮਿਲਿਆ ਮੇਰੇ ਸਾਲੇ ਹੋਏ ਉਹਨਾਂ ਨੂੰ ਨਹੀਂ ਮਿਲਿਆ ਉਹਨਾਂ ਅਸੀਂ ਤੁਹਾਨੂੰ ਜ਼ਰੂਰ ਦਵਾਵਾਂਗੇ ਭਾਈ ਅਸੀਂ ਤੁਹਾਨੂੰ ਜੇਬ 'ਚੋਂ ਦੇ ਦਿੰਦੇ ਛੱਡ ਤੂੰ ਐ ਦੱਸ ਜਿੰਦਰ ਹੁਣ ਇਹਨਾਂ ਦਾ ਹਿੱਲਾ ਕੀ ਕਰੇ ਮੈਂ ਤਾਂ ਕਹਿੰਦਾ ਪਰਾਲੀ ਇਕੱਠੀ ਕਰਨ ਲਾ ਇਹਨਾਂ ਨੂੰ ਅੱਗ ਲਾਉਣ ਲਾ ਨਹੀਂ ਪਰਾਲੀ ਇਕੱਠੀ ਕਰਨ ਲਾ ਚਲੋ ਓਏ ਆਪ ਬਹੁਤ ਤੰਗਲੀ ਹੋ ਲੈਣਾ ਨੂੰ ਆਪ ਫੂਕ ਕੇ ਜਾਣਗੇ ਇਹਨਾਂ ਦੀ ਵੀਡੀਓ ਬਣਾ ਕੇ ਨੈਟ ਤੇ ਪਾਉਣਾ ਮੈਂ ਓ ਬਾਈ ਕਾਲ ਸਸਪੈਂਡ ਕਰਾਉਂਗਾ ਯਾਰ ਸਾਡੀ ਵੀ ਜਿੱਦਾਂ ਸਵਾਲ ਨਹੀਂ ਮਾਰਾਂਗੇ ਸਾਲੇ ਚਲੋ ਚੱਕੋ ਤੰਗਲੀਆਂ ਲਾਓ ਅੱਗ ਲਾਓ ਅੱਗ ਚਾਚਾ ਤੂੰ ਬੈਠ ਹੋਰੇ ਸੌਂ ਜਾ ਅੱਜ ਇਹ ਕਰਨੇ ਕੰਮ ਚਲੋ ਚੱਲ ਤੈਨੂੰ ਲੱਗੂ ਪਤਾ ਲਾਓ ਅੱਗ ਆ ਟੰਡਰ ਦੇ ਦੇ ਲਾਓ ਐ ਕਰੋ ਆ ਲੈਣਾ ਲੈਣਾ ਯਾ ਫੂਕ ਦਿਓ ਕਰਕਿਆਂ ਦਾ ਅਸੀਂ ਆਪੇ ਹੀਲਾ ਕਰ ਲਾਂਗੇ ਇਹ ਤਾਂ ਬਹੁਤ ਅੱਗ ਮਾਰਦੀ ਆ ਵੀਰੇ ਅੱਕਣੇ ਮਾਰ ਅੱਕਣੇ ਮਾਰਦੀ ਅੱਗ ਇਹ ਲਾ ਲਾ ਆ ਲੈਣਾ ਯਾ ਫੂਕ ਦੇ ਕਰਕੇ ਅਸੀਂ ਆਪੇ ਲੈ ਲਾਂਗੇ ਕਿਉਂ ਵੀਰੇ ਲਾਓ ਲਾਓ ਚਲੋ ਚਲੋ ਇਹ ਤਾਂ ਬਹੁਤ ਸੇਕ ਆ ਵੀਰੇ ਅੱਜ ਦੇ ਨੇ ਕਰੂੰਗਾ ਖਰਚਾ ਕਰਾ ਉਹ ਕਰਕੇ ਨਾ ਯਾਰ ਨਹੀਂ ਨਹੀਂ ਐ ਕੋਈ ਪਾ ਜਾਣਗੇ ਚਲੋ ਲਾਓ ਅੱਗ ਪਾਛਣਾ ਚੱਲੀ ਹਾਂ ਹਾਂ ਪਛਮ ਦੇਣਗੇ ਜੱਟ ਤਾਂ ਇਹਨਾਂ ਨੂੰ ਮਾਰ ਦੇਣਗੇ ਪਰ ਚਲਾਓ ਮੈਂ ਵੀ ਇੱਥੇ ਪਾ ਚੱਲ ਲਿਆ ਛੱਡ ਲਓ ਬੇਨਤੀ ਅਫਸਰ ਵੀਰਾਂ ਨੂੰ ਕਿ ਕਿਸਾਨਾਂ ਦਾ ਸਾਥ ਦਿਓ ਵੀਰੇ ਇਹ ਕਿਸਾਨ ਮਜਬੂਰੀ ਨੂੰ ਅੱਗ ਲਾਉਂਦੇ ਨੇ ਕੋਈ ਸ਼ੌਂਕ ਨਹੀਂ ਹੈਗਾ ਬਾਕੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਜੇ ਵਧੀਆ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਕਰੋ